ਸਤਿ ਪਾਲਾ ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਦੀਪ ਸਿੰਘ, ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਨੇੜੇ ਪਿੰਡ ਬਾਬੋਵਾਲ ਵਿੱਚ ਰਹਿੰਦਾ ਹਾਂ। ਮੈਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਿੱਚ ਪੜ੍ਹਦਾ ਹਾਂ, ਜੋ ਕਿ ਗੁਰਦਾਸਪੁਰ ਦੀ ਤਹਿਸੀਲ ਦੇ ਲਾਗੇ ਹੀ ਹੈ। ਮੈਂ 16 ਸਾਲ ਦਾ ਹਾਂ ਅਤੇ ਮੈਂ ਪਲੱਸ 1 ਵਿੱਚ ਪੜ੍ਹਦਾ ਹਾਂ। ਮੇਰੇ ਟੀਚਰਸ ਮੈਨੂੰ ਸਿੰਗਿੰਗ ਦੇ ਵਿੱਚ ਬਹੁਤ ਐਪਰੀਸ਼ੀਏਟ ਕਰਦੇ ਨੇ। ਸਭ ਤੋਂ ਪਹਿਲਾਂ ਮੈਂ ਆਪਣੀ ਪ੍ਰਿੰਸੀਪਲ ਮੈਡਮ ਬਲਵਿੰਦਰ ਕੌਰ ਦਾ ਧੰਨਵਾਦ ਕਰਦਾ। ਮੈਨੂੰ ਉਹ ਇਸ ਲਾਈਨ ਦੇ ਵਿੱਚ ਕਾਫੀ ਐਪਰੀਸ਼ੀਏਟ ਕਰਦੇ ਨੇ। ਉਹ ਮੈਨੂੰ ਕਾਫੀ ਅੱਗੇ ਤੱਕ ਲੈ ਕੇ ਜਾਂਦੇ ਨੇ। ਸਕੂਲ ਦੇ ਮਤਲਬ ਲੈਵਲ 'ਤੇ ਕੋਈ ਕੰਪੀਟੀਸ਼ਨ ਹੁੰਦਾ, ਹਾਂਜੀ। ਮੇਰਾ ਨਾਮ ਬਲਵਿੰਦਰ ਕੌਰ ਹੈ, ਪ੍ਰਿੰਸੀਪਲ ਮੈਂ ਗੁਰਦਾਸਪੁਰ ਦੇ ਵਿੱਚ ਸਰਕਾਰੀ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਲੜਕੇ ਇੱਥੇ ਪ੍ਰਿੰਸੀਪਲ ਹਾਂ ਮੈਂ। ਔਰ ਮੈਂ ਸਕੂਲ ਦੇ ਵਿੱਚ 11 ਅਗਸਤ 2016 ਨੂੰ ਜੁਆਇਨ ਕੀਤਾ ਜੀ ਐਜ਼ ਏ ਪ੍ਰਿੰਸੀਪਲ। ਇਹ ਬੱਚਾ ਜਿਹੜਾ ਹੈਗਾ ਇਹ ਵੀ ਬਹੁਤ ਸ਼ਾਈਨਿੰਗ ਬੱਚਾ, ਪੜ੍ਹਾਈ 'ਚ ਬਹੁਤ ਅੱਛਾ ਹੈ, ਸੁਖਦੀਪ। ਔਰ ਇਹਦੇ ਟੀਚਰ ਵੀ ਇਹਦੀ ਬਹੁਤ ਤਾਰੀਫ ਕਰਦੇ ਹੈ। ਇਹਦਾ ਜਿਹੜਾ ਕ੍ਰੈਡਿਟ ਹੈ ਇਹਦੇ ਪੇਰੈਂਟਸ ਨੂੰ, ਕਿਉਂਕਿ ਇਹ ਖਾਸ ਕਰਕੇ ਮੈਨੂੰ ਇਹਦੇ ਮਦਰ ਬਹੁਤ ਵਾਰੀ ਮਿਲੇ ਹੈ ਔਰ ਮੈਂ ਉਹਨਾਂ ਦੇ ਦੇਖਿਆ ਕਿ ਉਹਨਾਂ ਦਾ ਬਹੁਤ ਲਗਾਵ ਹੈ ਆਪਣੇ ਬੱਚਿਆਂ ਨੂੰ ਇਸ ਪਾਸੇ ਲੈ ਕੇ ਆਉਣ ਦਾ। ਸੋ ਦੋਨੋਂ ਬੱਚਿਆਂ ਨੂੰ ਉਹਨਾਂ ਨੇ ਮਿਊਜ਼ਿਕ ਦੇ ਵਿੱਚ ਮਤਲਬ ਕਿ ਕਾਫੀ ਕੋਚਿੰਗ ਵੀ ਇਹਨੇ ਬੱਚੇ ਲੈ ਰਹੇ ਹੈ ਸਕੂਲ ਤੋਂ ਬਾਹਰ, ਕਿਉਂਕਿ ਸਾਡੇ ਸਕੂਲ 'ਚ ਮਿਊਜ਼ਿਕ ਟੀਚਰ ਕੋਈ ਨਹੀਂ ਹੈ ਔਰ ਟੀਚਰਸ ਦੀ ਸਪੋਰਟ ਹੈ, ਬਾਕੀ ਸਾਡੀ ਵੀ ਸਪੋਰਟ ਸੀਗੀ ਇਹਨੂੰ ਪੂਰੀ। ਐਨਵਾਇਰਮੈਂਟ ਡੇ ਸਾਡੇ ਸਕੂਲ 'ਚ ਸੈਲੀਬ੍ਰੇਟ ਕੀਤਾ ਗਿਆ ਸੀਗਾ, ਜਿਸ ਦੇ ਵਿੱਚ ਇਸ ਬੱਚੇ ਨੇ ਖੁਦ ਲਿਖਿਆ ਹੋਇਆ ਸੌਂਗ ਜਿਹੜਾ ਸੀ ਇਨਵਾਇਰਮੈਂਟ ਦੇ ਉੱਪਰ ਗਾਇਆ ਸੀਗਾ। ਇੱਕ ਇਹਨੇ ਸ਼ਿਵ ਕੁਮਾਰ ਬਟਾਲਵੀ ਦਾ ਇੱਕ ਵਾਰੀ ਇੱਕ ਸੌਂਗ ਸੁਣਾਇਆ ਸੀਗਾ, ਕੁਛ ਰੁੱਖ ਮੇਰੀਆਂ ਮਾਵਾਂ ਹੁੰਦੇ ਕੁਛ ਰੁੱਖ, ਇਸ ਤਰ੍ਹਾਂ ਦਾ। ਸੋ ਬਹੁਤ ਅੱਛਾ ਗਾਇਆ ਸੀ ਉਹ ਸਾਡੇ ਸਕੂਲ ਦੇ ਵਿੱਚ, ਕਿਉਂਕਿ ਡਿਸਟ੍ਰਿਕਟ ਲੈਵਲ ਦਾ ਸਕੂਲ ਇੱਥੇ, ਡਿਸਟ੍ਰਿਕਟ ਲੈਵਲ ਦੇ ਫੰਕਸ਼ਨ ਹੁੰਦੇ। ਸੋ ਕਾਫੀ ਜਿਹੜੇ ਬਾਹਰੋਂ ਟੀਚਰਸ ਆਏ ਸੀ ਡਿਫਰੈਂਟ ਡਿਫਰੈਂਟ ਸਕੂਲਸ ਤੋਂ, ਉਹਨਾਂ ਨੇ ਸਭ ਨੇ ਇਹਨੂੰ ਐਪਰੀਸ਼ੀਏਟ ਕੀਤਾ ਸੀਗਾ ਬਹੁਤ। ਇਹ ਜਿਹੜਾ ਸ਼ੋਅ ਹੈ ਕਿਸਮੇ ਕਿਤਨਾ ਹੈ ਦਮ, ਇਹ DD1 ਵੱਲੋਂ ਸ਼ੁਰੂ ਕੀਤਾ ਗਿਆ ਔਰ ਇਸਦੇ ਡਾਇਰੈਕਟਰ ਔਰ ਪ੍ਰੋਡਿਊਸਰ ਜਿਹੜੇ ਹੈਗੇ ਆ ਵਰੁਣ ਬਾਂਸਲ ਜੀ ਹੈ। ਇਹਨਾਂ ਨੇ ਬਹੁਤ ਹੀ ਵਧੀਆ ਇੱਕ ਪ੍ਰੋਗਰਾਮ ਸ਼ੁਰੂ ਕੀਤਾ, ਜਿਸ ਦੇ ਵਿੱਚ ਕੀ ਹੁੰਦਾ ਕਿ ਆਮ ਤੌਰ 'ਤੇ ਬੱਚਿਆਂ ਦੇ ਵਿੱਚ ਜਿਹੜਾ ਟੈਲੈਂਟ ਹੁੰਦਾ ਉਹ ਦੱਬਿਆ ਹੀ ਰਹਿ ਜਾਂਦਾ। ਸੋ ਇਹ ਜਿਹੜੇ ਸਕੂਲ ਵਿੱਚ, ਹਰ ਸਕੂਲ ਵਿੱਚ ਜਿਹੜੇ ਕਿਸਮੇ ਕਿਤਨਾ ਹੈ ਦਮ ਵਾਲਿਆਂ ਨੇ ਆ ਕੇ ਕਿਹਾ ਕਿ ਜਿਹੜੇ ਬੱਚੇ ਸ਼ੌਂਕ ਰੱਖਦੇ ਆ ਉਹ ਇੱਥੇ ਪਾਰਟੀਸਪੇਟ ਕਰਨ, ਉਹਦੇ ਵਿੱਚ ਉਹਨਾਂ ਨੇ ਬੱਚਿਆਂ ਨੂੰ ਚੂਜ਼ ਕੀਤਾ। ਸੋ ਇਸ ਤਰ੍ਹਾਂ ਇਹ ਬੱਚਿਆਂ ਨੂੰ ਇੱਕ ਪਲੈਟਫਾਰਮ ਮਿਲ ਜਾਂਦਾ ਨਵਾਂ, ਅਤੇ ਜਿਸ ਤਰ੍ਹਾਂ ਇਹਨਾਂ ਦੀ ਰੈਕੋਗਨੀਸ਼ਨ ਹੁੰਦੀ ਹੈ। ਅਦਰਵਾਈਜ਼ ਕਈ ਵਾਰੀ ਬੱਚਿਆਂ ਦੇ ਸੁਪਨੇ ਅਧੂਰੇ ਦੇ ਅਧੂਰੇ ਰਹਿ ਜਾਂਦੇ ਆ, ਪੂਰੇ ਨਹੀਂ ਹੁੰਦੇ। ਇਸ ਬੱਚੇ ਨੇ ਕਾਫੀ ਸਾਰੇ ਰਾਊਂਡ ਜਿਹੜੇ ਹੈਗੇ ਆ ਕਲੀਅਰ ਕਰ ਲਿੱਤੇ ਆ ਔਰ ਸਿੰਗਿੰਗ ਦੇ ਵਿੱਚ, ਔਰ ਮੈਂ ਵਿਸ਼ ਕਰਦੀ ਹਾਂ ਆਪਣੇ ਸਟਾਫ ਵੱਲੋਂ, ਆਪਣੇ ਵੱਲੋਂ ਔਰ ਆਪਣੇ ਸਟੂਡੈਂਟਸ ਵੱਲੋਂ ਇਹਨੂੰ ਕਿ ਇਹ ਜਿਹੜਾ ਹੈਗਾ ਫਾਈਨਲ ਰਾਊਂਡ ਵੀ ਇਹ ਜਿੱਤੇ ਔਰ ਜਿਹਦੇ ਨਾਲ ਸਾਡੇ ਸਕੂਲ ਦਾ ਨਾਮ ਰੌਸ਼ਨ ਹੋਏ, ਆਪਣੇ ਪੇਰੈਂਟਸ ਦਾ, ਟੀਚਰਸ ਦਾ ਔਰ ਸਾਡੇ ਗੁਰਦਾਸਪੁਰ ਡਿਸਟ੍ਰਿਕਟ ਦਾ ਨਾਮ ਰੌਸ਼ਨ ਕਰੇ। ਵਿਚਾਲੇ ਕੱਢੀ ਇਹਨਾਂ ਕੰਧ ਨੂੰ, ਅੱਧ ਵੱਧ ਨਾ ਸਤਾਈਏ ਗਰਲ ਫਰੈਂਡ ਨੂੰ। ਸੱਕੇ ਹਾਂ ਵਿਚਾਲੇ ਕੱਢੀ ਇਹਨਾਂ ਕੰਧ ਨੂੰ, ਅੱਧ ਵੱਧ ਨਾ ਸਤਾਈਏ ਗਰਲ ਫਰੈਂਡ ਨੂੰ। ਬੋਲ ਮਾੜਾ ਹੁੰਦਾ ਕੰਡਾ ਤਿੱਖਾ ਵਹਿਰੀ ਦਾ, ਔਲਾਦ ਕਰੇ ਗਲਤੀ ਪਹੁੰਚਾਣੀ ਫੇਰੀ ਦਾ, ਔਲਾਦ ਕਰੇ ਗਲਤੀ ਪਹੁੰਚਾਣੀ ਫੇਰੀ ਦਾ। ਸਾਡੇ ਸਕੂਲ ਦਾ ਵਿਦਿਆਰਥੀ ਕਿਸਮੇ ਕਿਤਨਾ ਹੈ ਦਮ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹਿੱਸਾ ਲੈ ਰਿਹਾ ਹੈ, ਉਹ ਬਹੁਤ ਹੀ ਵਧੀਆ ਵਿਦਿਆਰਥੀ ਹੈ। ਮੈਂ ਪਿਛਲੇ 1 ਸਾਲ ਤੋਂ ਇਸ ਸੰਸਥਾ ਵਿੱਚ ਕੰਮ ਕਰ ਰਿਹਾ ਹਾਂ। ਇਹ ਬੱਚਾ ਵੀ ਪਿਛਲੇ ਸਾਲ ਹੀ +1 ਵਿੱਚ ਦਾਖਲ ਹੋਇਆ ਹੈ। ਸੋ ਇਸਦਾ ਟੈਲੈਂਟ ਜੋ ਹੈ ਸੰਗੀਤ ਦੇ ਪ੍ਰਤੀ ਬਹੁਤ ਹੀ ਵਧੀਆ ਹੈ ਔਰ ਸਕੂਲ ਇੱਥੇ ਜਿੰਨੇ ਵੀ ਲੋਕਲ ਫੰਕਸ਼ਨ ਹੋਏ ਹਨ ਉਹਨਾਂ ਦੇ ਵਿੱਚ ਇਹਨੇ ਜਿੰਨੇ ਵੀ ਕੰਪੀਟੀਸ਼ਨ ਹੋਏ ਹਨ ਪਾਰਟੀਸਪੇਟ ਕੀਤਾ ਹੈ ਅਤੇ ਚੰਗੀ ਪੁਜੀਸ਼ਨ ਹਾਸਲ ਕੀਤੀ ਹੈ। ਅਤੇ ਸਾਨੂੰ ਬਹੁਤ ਖੁਸ਼ੀ ਹੈ, ਸਕੂਲ ਵਾਸਤੇ ਮਾਣ ਵਾਲੀ ਗੱਲ ਹੈ ਅਤੇ ਸਾਡੇ ਇਲਾਕੇ ਵਾਸਤੇ ਵੀ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡਾ ਵਿਦਿਆਰਥੀ ਜਿਹੜਾ ਹੈ ਉਹ ਸੰਗੀਤ ਵਿੱਚ ਸਿੱਖਣਾ ਨੂੰ ਛੂ ਰਿਹਾ ਹੈ। ਮੈਨੂੰ ਸਿੰਗਿੰਗ ਦਾ ਸ਼ੌਂਕ ਜਿਹੜਾ ਹੈ ਉਹ 6ਵੀਂ ਕਲਾਸ ਤੋਂ ਹੀ ਹੈ ਅਤੇ
छेवीं क्लास तो बाद मैं सब तो पहला रमेश कुमार जी को अपनी बेसिक दी सिख्या की थी। विक्रम महाजन, लेक्चरर कॉमर्स, गवर्नमेंट सीनियर सेकेंडरी स्कूल बॉयज गुरदासपुर में सेवा निभा रहा हूँ। यह मेरा स्टूडेंट है सुखदीप, जो कि किसमें कितना है दम प्रोग्राम के फाइनल राउंड में पहुँच चुका है। इसमें कितना है दम प्रोग्राम का बहुत ही धन्यवाद करना चाहवागा, जो कि उन्होंने एक मंच दिता बच्चों, श्री वरुण बंसल जी डायरेक्टर जी ने राह दिखाई ताकि पिछड़े इलाके गुरदासपुर वर्गे पिछले इलाके जिहड़े बच्चे रह रहे हैं उन्होंने प्रतिभावां नूं रंगमंच ते लिया के सारी दुनिया अगे जो है पेश करन दी जो है उन्होंने मिसाल पेश की है। इस तों बाद मैं अपने बेटे सुखदीप नूं ते उहदे पूरे परिवार नूं वधाई दिंदा चाहना, जिन्हां दी मेहनत सदका सुखदीप जो है अज इस मंच के फाइनल में पहुँच चुका है। मेरिया सुखदीप नाल शुभ इच्छावां भी हैं, शुभ कामनावां भी हैं कि वह खूब सारी मेहनत करके इस प्रोग्राम में पहले नंबर पर आके जो है इस सिंगिंग दे जो है फाइनल कंपटीशन है उस विच पहला स्थान लैके गुरदासपुर साडे स्कूल का और अपने पिंड का माँ प्यो का सब का जो है नाम रोशन करे। सत श्री अकाल जी, मेरे वालों सारिया, मेरा नाम हरनीत संधु, ये मेरा फ्रेंड है सुखदीप, ये बहुत वधिया गाँवदा है, रब ने बहुत सोहनी मिठी आवाज़ बख्शी है। मेरा रब वालों बस यही प्रार्थना कि मेरा वीर फाइनल जीत के आवे। जो भी कोई फ्री टाइम होंगे जां रिसेस होंदी है जां पीरियड कोई फ्री होंदा उहनूं बहुत वधिया गाने सुनाउंदा आ, इहदी मिठी आवाज़ सुन के साडा मन खिड़िया खिड़िया रहिंदा है। सानूं कदी भी मुसीबत विच इहने सानूं कदी भी कल्ला नहीं छड्डिया, जदों भी असीं फोन करिए उत्थे हाजिर होएगा। हैलो, मेरा नाम रोहित है, मैं प्लस टू क्लास का विद्यार्थी हाँ। ये मेरा फ्रेंड बहुत अच्छा फ्रेंड है, असं इकट्ठे खेलते हैं, इकट्ठे पढ़ते हाँ। इसमें सिंगिंग का बहुत शौक है, ये जो भी फ्री होंगे सानू बहुत ही वधिया गाने सुना है। तो मेरी रब अगे दुआ है कि यह किस्में कितना है दम फर्स्ट प्राइज लैके आ गए। सत श्री अकाल जी सारे, मेरा नाम हनी है, मेरा फ्रेंड सुखदीप है। तो यह किस्में कितना है दम के सारे राउंड क्लीयर करके फाइनल में पहुँच चुका है। तो अभी रब अगर अरदास करते हैं कि साड़ा वीर फाइनल जीत के ही आए, सानू यकीन है कि फाइनल जीत के आएगा। मैं स्कूल लैवल पर भी काफ़ी कॉम्पीटिशन लड़े ने, जिस तो मैं हमेशा मेरा प्राइज़ कोई ना कोई प्राइज़ निकलता जरूर है। तो सारे मैं बद चढ़ के एप्रीशिएट करते हैं मेरी सिंगिंग नू। तो मैं ज़्यादा गाने सुनने का बहुत शौक है, तो गाने गाने का भी बहुत शौक है। जो भी मैं कोई काम करता रहना नाल मैं गाने मेरे दिमाग से रील घूमती रहती है, तो मैं उन्होंने गाई जाता, तो जिस करके घर के भी थोड़ा परेशान हो जाते हैं, तो थोड़िया बहुत गाला पैदा ने। पर चलो कोई नहीं, पर मैं अपने शौक नूं नाल नाल रखी जाना। सुखदीप मेरे को रहा है, ये जमन पो जड़ा है सब नानके च होया, इनू गाने का बहुत शुरू तो शौक रहा है। तो बहुत इन अपने चंगे वातावरण सारे रखे है, नानी माँ ने बहुत ज़्यादा प्यार रहा, अजे भी नानी माँ नूं बहुत प्यार करते हैं। वाहेगुरु का खालसा, वाहेगुरु की फतेह। मेरा बेटा सुखदीप जिहड़ा भी शुरू तो ही गाण दा शौक रखदा, गाण दे नाल नाल जिहड़ा स्कूल दे विच खेलण दा पढ़ाई दा मतलब भी ज़्यादा शौक रखदा है, मतलब गाण दे नाल नाल इन्हां नूं बेसिक जिहड़ी है वह भी सिख्या, बेसिक सिख्या जिहड़ी मास्टर रमेश कुमार को लै रहे ने, और गाण दे जो बरीकियां ने वह रजिंदर सरगम बब्बे वाली जिहड़ा उन्हां कोलों सिख रहे ने, वो इन्हों बहुत ही वधिया तरीके जरा सिखा रहे हैं। सब तो पहला जो डायरैक्टर वरुण बंसल जी, उन्होंने बहुत अं धनवादी हाँ, जिन्होंने ये शो रियलिटी शो के एच डी जो शुरू किया। सुखदीप इन्हों शो के फाइनल तक जरा पहुँचा, मैं रब अगे यह अरदास करता हाँ साडा बेटा जरा फाइनल जित के आए, अपने शहर का अपने पिंड का जरा नाम रोशन करे और साडा जरा नाम रोशन करे।
ਸ਼੍ਰੀਕਾਲ ਜੀ, ਮੈਂ ਸੁਖਦੀਪ ਦੀ ਮੰਮਾ ਸਿਮਰਨਜੀਤ ਕੌਰ। ਸੁਖਦੀਪ ਮੇਰਾ ਬੇਟਾ ਜੋ ਮਤਲਬ ਸਿੰਗਿੰਗ ਕਰਦਾ, ਅਤੇ ਸਿੰਗਿੰਗ ਦਾ ਸ਼ੌਂਕ ਜਿਹੜਾ ਸੀ ਉਸਨੂੰ 6ਵੀਂ ਕਲਾਸ ਤੋਂ ਹੀ ਸੀ। ਜਦੋਂ ਬਿਲਕੁਲ ਛੋਟਾ ਜਿਹਾ ਸੀ ਉਸਨੇ ਗਾਣਾ ਸ਼ੁਰੂ ਕੀਤਾ। ਇਹਨੇ ਅੰਦਰ ਬਾਹਰ ਜਦੋਂ ਵੀ ਖੇਲਣਾ, ਗਾਣ ਦੇ ਵਿੱਚ ਇਹਨੇ ਮਤਲਬ ਰੁਚੀ ਆਪਣੀ ਦਿਖਾਈ। ਇਸ ਤੋਂ ਇਲਾਵਾ ਛੋਟੇ ਹੁੰਦੇ ਨੇ ਇਹਨੇ ਕੀਰਤਨ ਸ਼ੁਰੂ ਕੀਤਾ। ਇਹ ਗੁਰਦੁਆਰਾ ਸਾਹਿਬ 'ਚ ਛੋਟੇ ਹੁੰਦੇ ਤੋਂ ਹੀ ਕੀਰਤਨ ਕਰਦਾ ਸੀ ਔਰ ਅੱਜ ਤੱਕ ਵੀ ਕੀਰਤਨ ਕਰ ਰਿਹਾ ਹੈ। ਇਸ ਤੋਂ ਇਲਾਵਾ ਇਹਨੇ ਸਿੰਗਿੰਗ ਵਿੱਚ ਆਪਣਾ ਮਤਲਬ ਇੰਟਰਸਟ ਦਿਖਾਉਣਾ ਸ਼ੁਰੂ ਕੀਤਾ। ਇੰਟਰਸਟ ਬੇਸ 'ਤੇ ਅਸੀਂ ਇਹਨੂੰ ਮਿਊਜ਼ਿਕ ਲਾਈਨ ਦੇ ਵਿੱਚ ਪਾਇਆ। ਮਿਊਜ਼ਿਕ ਲਾਈਨ ਦੇ ਵਿੱਚ ਪਾਉਣ ਦੇ ਨਾਲ ਅਸੀਂ ਇਸਨੂੰ ਮਤਲਬ ਅੱਜ ਤੱਕ ਇਹਨੂੰ BA ਕੰਪਲੀਟ ਕਰਵਾਈ ਔਰ ਜਿਹੜੀ ਮਿਊਜ਼ਿਕ ਦੀ ਸ਼ਿਕਸ਼ਾ ਆ ਇਹ ਆਪਣੇ ਰਮੇਸ਼ ਸਰ ਕੋਲ ਲੈ ਰਿਹਾ ਆ ਔਰ ਇਸ ਤੋਂ ਇਲਾਵਾ ਜਿਹੜੀ ਮਿਊਜ਼ਿਕ ਦੀ ਸ਼ਿਕਸ਼ਾ ਆ ਇਹ ਰਜਿੰਦਰ ਸਰਗਮ ਜੀ ਔਰ ਇਸ ਤੋਂ ਇਲਾਵਾ ਇਹ ਮਤਲਬ ਉਹਨਾਂ ਕੋਲ ਜਾ ਕੇ ਸਟੇਜ ਪਰਫੋਰਮੈਂਸ ਵੀ ਉਹਨਾਂ ਦੇ ਨਾਲ ਜਾ ਕੇ ਥੋੜ੍ਹੀ ਬਹੁਤੀ ਮਤਲਬ ਸਿੱਖਿਆ ਲਈ ਇਹਨਾਂ ਨੇ। ਮੇਰੇ ਬੇਟੇ ਸੁਖਦੀਪ ਸਿੰਘ ਨੇ KKHD ਸ਼ੋਅ ਵਿੱਚ ਭਾਗ ਲਿਆ ਸਿੰਗਿੰਗ ਵਿੱਚ ਔਰ ਸਿੰਗਿੰਗ ਵਿੱਚ ਹੀ ਉਸਨੇ ਆਪਣੇ ਟੈਲੈਂਟ ਨੂੰ ਅੱਗੇ ਤੱਕ ਲੈ ਕੇ ਗਿਆ ਔਰ ਅਸੀਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਵਰੁਣ ਬੰਸਲ ਸਰ ਦੇ ਜਿਨ੍ਹਾਂ ਨੇ ਬੱਚੇ ਦੇ ਟੈਲੈਂਟ ਨੂੰ ਪਹਿਚਾਨਿਆ ਔਰ ਉਹਨਾਂ ਨੂੰ ਹੁਣ ਤੱਕ ਅੱਗੇ ਲੈ ਕੇ ਆਏ ਨੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਬੱਚੇ ਨੂੰ ਇਹ ਸ਼ੋਅ ਅੱਗੇ ਤੱਕ ਲੈ ਕੇ ਜਾਏਗਾ ਔਰ ਇੱਕ ਬਹੁਤ ਵਧੀਆ ਸ਼ੋਅ ਆ ਜੋ ਬੱਚਿਆਂ ਨੂੰ ਹੁਣ ਤੱਕ ਅੱਗੇ ਲੈ ਕੇ ਆ ਰਿਹਾ ਆ ਔਰ ਸਾਡੇ ਰੱਬ ਅੱਗੇ ਇਹੀ ਅਰਦਾਸ ਹੈ ਕਿ ਸਾਡਾ ਬੱਚਾ ਇਹ ਸ਼ੋਅ ਜਿੱਤ ਕੇ ਆਏ ਔਰ ਆਪਣੇ ਸਕੂਲ ਦਾ, ਆਪਣੇ ਸ਼ਹਿਰ ਦਾ, ਆਪਣੇ ਪਿੰਡ ਦਾ, ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰੇ। ਸਾਡੇ ਸਕੂਲੇ ਜਿੰਨੇ ਵੀ ਐਨੂਅਲ ਫੰਕਸ਼ਨ ਡੇ ਜਾਂ ਕੋਈ ਹੋਰ ਫੰਕਸ਼ਨ ਹੁੰਦਾ ਅਤੇ ਸੁਖਦੀਪ ਹਰ ਇੱਕ ਫੰਕਸ਼ਨ 'ਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸਿੰਗਿੰਗ 'ਚ ਅਤੇ ਆਪਣੀ ਸਭ ਤੋਂ ਬੈਸਟ ਪਰਫੋਰਮੈਂਸ ਕਰਦਾ ਅਤੇ ਜਦੋਂ ਉੱਥੋਂ ਕੋਈ ਇਨਾਮ ਲੈ ਕੇ ਘਰ ਆਉਂਦਾ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ। ਮੈਨੂੰ ਛੋਟੇ ਹੁੰਦੇ ਬਹੁਤ ਜ਼ਿਆਦਾ ਤਬਲੇ ਦਾ ਸ਼ੌਂਕ ਸੀ ਅਤੇ ਹੁਣ ਇਸ ਤਰ੍ਹਾਂ ਮੈਂ ਤਬਲੇ ਦੀ BA ਕੰਪਲੀਟ ਕੀਤੀ ਆ ਅਤੇ ਜਦੋਂ ਵੀ ਮੈਂ ਆਪਣੇ ਰਿਆਜ਼ ਲਈ ਬਹਿਨਾ ਵਾਂ ਅਤੇ ਸੁਖਦੀਪ ਮੇਰੇ ਲਗਾ ਕੇ ਬਹਿੰਦਾ ਆ ਅਤੇ ਆਪਾਂ ਦੋਵੇਂ ਇਕੱਠੇ ਬਹਿ ਕੇ ਇਹ ਰਿਆਜ਼ ਕਰਦੇ ਹਾਂ। ਹੁਣ ਸੁਖਦੀਪ KKHD ਰਿਐਲਿਟੀ ਸ਼ੋਅ ਵਿੱਚ ਸਿੰਗਿੰਗ ਵਿੱਚ ਪਾਰਟੀਸਪੇਸ਼ਨ ਕੀਤਾ ਪਿਆ, ਕਈ ਐਪੀਸੋਡ ਕਲੀਅਰ ਕਰ ਚੁੱਕਿਆ ਹੈ ਅਤੇ ਆਪਾਂ ਚਾਹੁੰਦੇ ਹਾਂ ਆਪਾਂ ਰੱਬ ਅੱਗੇ ਅਰਦਾਸ ਇਹੀ ਕਰਾਂਗੇ ਕਿ ਇਸ ਸ਼ੋਅ ਦਾ ਫਾਈਨਲ ਵੀ ਜਿੱਤ ਕੇ ਆਵੇ ਅਤੇ ਆਪਣੇ ਸ਼ਹਿਰ, ਆਪਣੇ ਘਰਦਿਆਂ ਦਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰੇ। ਹੋ ਗੱਲ ਘਰ ਦੀ ਬਾਹਰ ਨਾ ਕਰੀਏ ਬਈ, ਹੋ ਗੱਲ ਘਰ ਦੀ ਬਾਹਰ ਨਾ ਕਰੀਏ ਬਈ, ਮੰਗ ਤੈਨੂੰ ਟੀਚਰ ਨਾ ਕਰੀਏ ਬਈ, ਤਗੜੇ ਦੀ ਧੌਣ ਨੂੰ ਨੱਪੀ ਦਾ ਪੇ ਗੱਲ ਕਰਕੇ ਨਹੀਂ ਹੱਸੀ ਦਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਰਜੀਤ ਸਿੰਘ, ਮੈਂ ਸੁਖਦੀਪ ਦਾ ਚਾਚਾ ਜੀ ਅਤੇ ਸੁਖਦੀਪ ਆਪਣਾ ਬੱਚਾ ਸ਼ੁਰੂ ਤੋਂ ਬਚਪਨ ਵਿੱਚ ਇਹਨੂੰ ਨਾ ਗਾਉਣ ਦਾ ਬਹੁਤ ਸ਼ੌਂਕ ਸੀ। ਜਦੋਂ ਵੀ ਮੈਨੂੰ ਮਿਲਦਾ ਜਾਂ ਮੈਂ ਨਾ ਇਸਦੇ ਘਰ ਤੋਂ ਥੋੜ੍ਹਾ ਜਿਹਾ ਪਾਸ ਹੀ ਜਾ ਲੈਂਦਾ ਅਤੇ ਬਚਪਨ ਵਿੱਚ ਇਹਨੇ ਨਾ ਮੇਰੇ ਕੋਲ ਆਉਣਾ, ਚਾਚਾ ਜੀ ਤੁਸੀਂ ਮੈਨੂੰ ਦੱਸੋ ਵੀ ਮੈਂ ਦੇਖੋ ਕਿੱਦਾਂ ਦਾ ਗਾ ਰਿਹਾ, ਮੈਨੂੰ ਗਾ ਕੇ ਦੱਸਣਾ। ਇਹਨੇ ਫਿਰ ਮੈਨੂੰ ਪੁੱਛਣਾ ਵੀ ਹਾਂਜੀ ਚਾਚਾ ਜੀ ਮੈਂ ਠੀਕ ਗਾ ਰਿਹਾ, ਮੈਂ ਕਹਿਣਾ ਹਾਂ ਬੱਚਾ ਬਹੁਤ ਵਧੀਆ ਗਾ ਰਿਹਾ। ਚਲੋ ਇਹਨਾਂ ਨੇ ਬਹੁਤ ਵਧੀਆ ਸ਼ਿਕਸ਼ਾ ਲਈ ਅਤੇ ਆਪਣਾ ਸ਼ੁਰੂ ਤੋਂ ਬਚਪਨ ਵਿੱਚ ਤੋਂ ਇਹਨੇ ਨਾ ਬਹੁਤ ਵਧੀਆ ਜਿਹਨੂੰ ਕਹਿੰਦੇ ਆ ਵੀ ਗਾਉਂਦਾ ਵੀ ਰਿਹਾ, ਅੱਗੇ ਪੜ੍ਹਦਾ ਵੀ ਰਿਹਾ, ਖੇਡਣ ਦਾ ਵੀ ਬੜਾ ਸ਼ੌਂਕ ਸੀ, ਗਾਉਣ ਦਾ, ਵਜਾਉਣ ਦਾ, ਨੱਚਣ ਦਾ, ਗਾਉਣ ਦਾ, ਸਾਰਾ ਬਲਕਿ ਬਹੁਤ ਵਧੀਆ ਆਪਣਾ ਕਰਦਾ ਰਿਹਾ ਪ੍ਰਦਰਸ਼ਨ। ਕਿਸਮੇ ਕਿਤਨਾ ਇਕਦਮ ਆਪਣਾ ਬੱਚਾ ਉਹ ਸ਼ੋਅ ਵਿੱਚ ਗਿਆ, ਬਹੁਤ ਵਧੀਆ ਆਪਣਾ ਇਹਨੇ ਪ੍ਰਦਰਸ਼ਨ ਕੀਤਾ। ਮੈਂ ਬੜਾ ਖੁਸ਼ ਹਾਂ ਵੀ ਇਹ ਬਹੁਤ ਅੱਗੇ ਵੱਧ ਰਿਹਾ, ਇਹਨੇ ਬਹੁਤ ਸਾਰੇ ਰਾਊਂਡ ਪਾਸ ਕੀਤੇ ਨੇ ਅਤੇ ਹੁਣ ਵੀ ਅੱਗੇ ਪਾਸ ਕਰ ਰਹੇ ਨੇ। ਮੈਂ ਰੱਬ ਅੱਗੇ ਇਹੀ ਅਰਦਾਸ ਕਰਾਂਗਾ ਵੀ ਮੇਰਾ ਬੱਚਾ ਜਿੱਤ ਕੇ ਆਵੇ, ਆਪਣਾ, ਸਾਡਾ, ਸਾਡੇ ਸ਼ਹਿਰ ਦਾ, ਸਾਡੇ ਪਿੰਡ ਦਾ, ਆਪਣੇ ਚਾਚੇ ਦਾ ਨਾਂ ਉੱਚਾ ਕਰੇ। ਹੋ ਖਾਂਦੇ ਪੀਂਦੇ ਸਾਨੂੰ ਵੇਖ ਕੇ ਨਾ ਸੜੀਏ, ਆਉਣ ਤੇ ਗਵਾਂਢ ਚ ਕਦੇ ਨਾ ਲੜੀਏ, ਵੈਰੀ ਕਰੇ ਜਾ ਕੇ ਵੀ ਕਦੇ ਨੀ ਖਾਈਦਾ, ਸੱਜਣਾ ਦੇ ਨਾਲ ਧੋਖਾ ਨੀ ਕਮਾਈਦਾ, ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਈਦਾ, ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ। ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਸੁਖਦੀਪ ਦੀ ਭੂਆ ਆ, ਸੁਖਦੀਪ ਮੇਰਾ ਭਤੀਜਾ ਆ,
ਮੇਰੇ ਵੱਡੇ ਬ੍ਰਦਰ ਦਾ ਬੇਟਾ ਆ। ਮੈਂ ਇੱਥੋਂ ਦੀ ਬਾਬੋਵਾਲ ਦੀ ਰਹਿਣ ਵਾਲੀ ਹਾਂ, ਡਿਸਟ੍ਰਿਕਟ ਗੁਰਦਾਸਪੁਰ। ਮੈਂ ਪਰਮਾਤਮਾ ਦਾ ਧੰਨਵਾਦ ਕਰਦੀ ਹਾਂ ਇਸ ਬੱਚੇ ਵਾਸਤੇ ਕਿ ਇੰਨਾ ਨੇਕ ਬੱਚਾ, ਇੰਨਾ ਵਧੀਆ ਬੱਚਾ ਪਰਮਾਤਮਾ ਨੇ ਆਪਣੇ ਇਸ ਮਾਂ ਬਾਪ ਨੂੰ ਦਿੱਤਾ ਔਰ ਮੈਨੂੰ ਇਹ ਭਤੀਜਾ ਬਖਸ਼ਿਆ। ਧੰਨਵਾਦ ਆ ਪਰਮਾਤਮਾ ਦਾ। ਇਹ ਛੋਟੇ ਹੁੰਦੇ ਨੂੰ ਹੀ 6ਵੀਂ ਕਲਾਸ ਤੋਂ ਸਿੰਗਿੰਗ ਦਾ ਸ਼ੌਕ ਸੀ। ਇਹ ਸਿੰਗਿੰਗ ਬਹੁਤ ਵਧੀਆ ਕਰਦਾ ਸੀ। ਇਹ ਅੰਦਰ ਬਾਹਰ ਨਿਕਲਦਾ ਵੜਦਾ ਇਹ ਗਾਣੇ ਬੋਲਦਾ ਸੀਗਾ। ਇਹ ਸਕੂਲ ਵਿੱਚ ਵੀ ਜਦੋਂ ਜਾਂਦਾ ਸੀ, ਸਕੂਲ ਵਿੱਚ ਵੀ ਛੋਟੇ ਛੋਟੇ ਫੰਕਸ਼ਨ ਜਦ ਹੁੰਦੇ ਸੀ ਉਹਨਾਂ ਦੇ ਵਿੱਚ ਇਹ ਗਾਣੇ ਬੋਲਦਾ ਸੀਗਾ ਅਤੇ ਟੀਚਰ ਵੀ ਬਹੁਤ ਵੇਖ ਕੇ ਇਹਨੂੰ ਖੁਸ਼ ਹੁੰਦੇ ਸੀ। ਅਤੇ ਜਦੋਂ ਘਰ ਆਣ ਕੇ ਪਤਾ ਚੱਲਦਾ ਸੀ ਬੱਚਾ ਲੈ ਕੇ ਆਉਂਦਾ ਸੀ, ਪ੍ਰਾਈਜ਼ ਜਿੱਤ ਕੇ ਆਉਂਦਾ ਸੀ, ਉਦੋਂ ਵੀ ਬੜੇ ਅਸੀਂ ਖੁਸ਼ ਹੁੰਦੇ ਸੀ ਕਿ ਸਾਡਾ ਭਤੀਜਾ ਆਪਣੇ ਮਾਂ ਬਾਪ ਦਾ ਔਰ ਆਪਣੇ ਖਾਨਦਾਨ ਦਾ ਨਾਂ ਜਿਹੜਾ ਵਾ ਉਹ ਰੋਸ਼ਨ ਕਰ ਰਿਹਾ। ਇੱਕ ਦਿਨ KKHD ਦੀ ਟੀਮ ਸਾਡੇ ਸਕੂਲ ਆਈ, ਉਹਨੇ ਸਾਨੂੰ KKHD ਦੇ ਬਾਰੇ ਦੱਸਿਆ। ਫਿਰ ਮੈਂ KKHD ਦੇ ਵਿੱਚ ਆਪਣੀ ਸਿੰਗਿੰਗ ਦੇ ਆਡੀਸ਼ਨ ਦੇਣ ਗਿਆ, ਜਿਸ ਵਿੱਚ ਮੈਂ ਸਿਲੈਕਟ ਹੋ ਗਿਆ। ਫਿਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਕਾਫੀ ਰਾਊਂਡ ਪਾਰ ਕੀਤੇ। ਹੁਣ ਮੈਂ ਰੱਬ ਅੱਗੇ ਇਹ ਅਰਦਾਸ ਕਰਦਾ ਕਿ ਮੈਂ ਇਹ ਫਾਈਨਲ ਜਿੱਤ ਕੇ ਆਪਣੇ ਮੰਮਾ ਪਾਪਾ ਅਤੇ ਆਪਣੇ ਸਕੂਲ ਦਾ, ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਾਂ।